ਨਮਸਕਾਰ ਆਦਾਬ। ਇਸ ਵੇਲੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ, ਜਿੱਥੇ ਇੱਕ ਚੋਰੀ ਦੀ ਘਟਨਾ ਨੂੰ ਚਿੱਟੇ ਦਿਨ ਹੀ ਅੰਜਾਮ ਦਿੱਤਾ ਗਿਆ। ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਇੱਕ ਘਰ ਦੇ ਵਿੱਚ ਚੋਰਾਂ ਦੇ ਵੱਲੋਂ ਨਕਦੀ ਅਤੇ ਸੋਨਾ ਚੋਰੀ ਕੀਤਾ ਗਿਆ। ਉਸ ਸਮੇਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਦ ਘਰ ਦੇ ਪਰਿਵਾਰਕ ਮੈਂਬਰ ਇੱਕ ਵਿਆਹ ਸਮਾਗਮ ਦੇ ਵਿੱਚ ਸ਼ਿਰਕਤ ਕਰਨ ਵਾਸਤੇ ਗਏ ਹੋਏ ਸੀ। ਤਾਂ ਘਰ ਦੀਆਂ ਤਸਵੀਰਾਂ ਦੱਸਾਂਗੇ ਤੁਹਾਨੂੰ ਕਿ ਕਿਹੜੀ ਜਗ੍ਹਾ ਤੋਂ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਫਿਲਹਾਲ ਤੁਸੀਂ ਦੇਖ ਸਕਦੇ ਹੈ ਕਿ ਇੱਕ ਪੂਰਾ ਪਰਿਵਾਰ ਹੈ ਇੱਥੇ, ਔਰ ਇਹ ਵੀ ਦੱਸ ਰਹੇ ਹੈ ਕਿ ਪਹਿਲੀ ਵਾਰ ਨਹੀਂ ਬਲਕਿ ਪਹਿਲਾਂ ਵੀ ਇਸ ਘਰ ਦੇ ਵਿੱਚ ਇਸੇ ਤਰ੍ਹਾਂ ਹੀ ਇੱਕ ਵਾਰ ਚੋਰੀ ਹੋ ਚੁੱਕੀ ਆ, ਔਰ ਇਹ ਦੂਸਰਾ ਜਿਹੜਾ ਹੈਗਾ ਕਾਰਾ ਹੈਗਾ ਦੂਸਰੀ ਵਾਰ ਚੋਰਾਂ ਦੇ ਵੱਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਤਾਂ ਤਸਵੀਰਾਂ ਦੱਸ ਰਹੇ ਹੈ ਕਿ ਇਸ ਤਰ੍ਹਾਂ ਇੱਕ ਬਾਰੀ ਨੂੰ ਘਰ ਦੇ ਜਿਹੜੇ ਅੰਦਰ ਐਂਟਰ ਹੋਣ ਤੋਂ ਪਹਿਲਾਂ ਬਾਰੀ ਨੂੰ ਤੋੜ ਲਿੱਤਾ ਗਿਆ, ਔਰ ਸ਼ੀਸ਼ਾ ਤੋੜਨ ਤੋਂ ਬਾਅਦ ਘਰ ਦੇ ਵਿੱਚ ਚੋਰ ਜਿਹੜੇ ਹੈ ਉਹ ਦਾਖਲ ਹੋ ਜਾਂਦੇ ਆ, ਔਰ ਉਸ ਤੋਂ ਬਾਅਦ ਚੋਰੀ ਦੀ ਘਟਨਾ ਨੂੰ ਅੰਜਾਮ ਦਿੰਦੇ ਆ। ਤਾਂ ਤੁਸੀਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਹਾਂ ਅੰਦਰਲੀ ਸਾਈਡ ਤੋਂ ਵੀ ਕਿਸ ਤਰ੍ਹਾਂ ਦੇ ਨਾਲ ਸ਼ੀਸ਼ਾ ਜਿਹੜਾ ਹੈਗਾ ਉਸ ਨੂੰ ਤੋੜ ਦਿੱਤਾ ਗਿਆ। ਤਾਂ ਉਸ ਤੋਂ ਬਾਅਦ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਨਾਲ ਵੀ ਮਿਲਦੇ ਹਾਂ, ਉਸ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾਉਂਦੇ ਹਾਂ ਕਿਸ ਤਰ੍ਹਾਂ ਦੇ ਨਾਲ ਚੋਰਾਂ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਨਕਦੀ ਜਿਹੜੀ ਆ ਉਹ ਚੋਰੀ ਕੀਤੀ ਗਈ ਹੈ। ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਤਾਂ ਘਰ ਦੇ ਵਿੱਚ ਗੋਲਡ ਹੈਗਾ ਸੀ, ਗੋਲਡ ਵੀ ਚੋਰੀ ਕਰ ਲਿੱਤਾ ਗਿਆ। ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਚੋਰਾਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਹਾਲਾਂਕਿ ਕੀ ਸਮਾਂ ਸੀ ਔਰ ਪੂਰੀ ਵਾਰਦਾਤ ਕਿੱਦਾਂ ਹੋਈ ਇਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ, ਪਰਿਵਾਰਕ ਮੈਂਬਰਾਂ ਦੇ ਨਾਲ ਗੱਲਬਾਤ ਕਰਾਂਗੇ। ਪਹਿਲਾਂ ਤਸਵੀਰਾਂ ਜਿਹੜੀਆਂ ਹੈਗੀਆਂ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ, ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰ੍ਹਾਂ ਦੇ ਨਾਲ ਘਰ ਦੇ ਵਿੱਚ ਦਿਨ ਦਿਹਾੜੇ ਚੋਰ ਦਾਖਲ ਹੋ ਜਾਂਦੇ ਹੈ, ਔਰ ਦਾਖਲ ਹੋਣ ਤੋਂ ਬਾਅਦ ਜਿਹੜਾ ਕਿ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ, ਔਰ ਪੂਰੀ ਤਰ੍ਹਾਂ ਦੇ ਨਾਲ ਪੇਟੀਆਂ ਵੀ ਖੋਲ੍ਹ ਕੇ ਜਿਹੜਾ ਕਿ ਇਹ ਦੇਖਣ ਦੀ ਕੋਸ਼ਿਸ਼ ਕੀਤੀ ਜਾਂਦੀ, ਔਰ ਸਮਾਨ ਜਿਹੜਾ ਹੈਗਾ ਉਹ ਸਾਰਾ ਖਿਲਾਰ ਦਿੱਤਾ ਜਾਂਦਾ। ਤਾਂ ਪਰਿਵਾਰਕ ਮੈਂਬਰ ਵੀ ਮੌਜੂਦ ਹੈਗੇ ਆ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ, ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਪਰਿਵਾਰਕ ਮੈਂਬਰਾਂ ਕੋਲੋਂ ਕਿ ਆਖਿਰਕਾਰ ਇਹ ਪੂਰੀ ਘਟਨਾ ਜਿਹੜੀ ਹੈ ਉਹ ਕਿੱਦਾਂ ਹੋਈ। ਜੀ ਸਰ, ਕਿੱਦਾਂ ਇਹ ਘਟਨਾ ਹੋਈ ਔਰ ਕਿੰਨੇ ਵਜੇ ਦਾ ਸਮਾਂ ਸੀ, ਤੁਸੀਂ ਉਸ ਸਮੇਂ ਕਿੱਥੇ ਸੀ? ਸਰ ਜੀ, ਉਸ ਟਾਈਮ ਮੈਂ ਸੀ ਮੈਰਿਜ 'ਤੇ ਅਟੈਂਡ ਕਰ ਰਿਹਾ ਸੀਗਾ ਜੀ। ਸ਼ਾਮ ਦਾ ਆਪਣੇ ਕਮਿਊਨਿਟੀ ਹਾਲ 'ਚ ਸਾਡਾ ਪ੍ਰੋਗਰਾਮ ਸੀਗਾ ਜੀ ਅੱਜ। ਜਦ ਮੈਂ ਸ਼ਾਮ ਨੂੰ ਮੈਂ ਆਖਿਆ ਜੀ ਘਰ ਲਾਈਟਾਂ ਜਗਾ ਕੇ ਆਉਣਾ, ਮੈਂ ਲਾਈਟ 'ਚ ਗਈ ਆਸੇ ਪਾਸੇ ਵੇਖਿਆ ਤਾਂ ਸ਼ੀਸ਼ਾ ਟੁੱਟਿਆ ਪਿਆ ਸੀ, ਚੋਰ ਉਦੋਂ ਇਲਜ਼ਾਮ ਦੇ ਕੇ ਫਰਾਰ ਹੋ ਚੁੱਕਿਆ ਸੀ ਜੀ। ਹਾਂਜੀ, ਅਤੇ ਵਿੱਚ ਅੰਦਰ ਕੋਈ ਨਕਦੀ ਵੀ ਪਈ ਸੀਗੀ, ਸੋਨਾ ਸਾਡਾ ਪਿਆ ਸੀ ਅਲਮਾਰੀ 'ਚ, ਉਹ ਤੁਸੀਂ ਆਪਾਂ ਦੇਖਿਆ ਹੀ ਜੀ ਹੁਣ। ਬਾਕੀ ਆ ਸਾਰਿਆਂ ਪੇਟੀਆਂ ਦੇ ਸਾਰੇ ਫੋਲਾ ਫਰਾਈ ਹੋਈ ਪਈ ਹੈ ਜੀ ਸਰ, ਅਜੇ ਤਾਂ ਚੈੱਕ ਕਰਾਂਗੇ ਸਾਨੂੰ ਹੋਰ ਕੀ ਇੰਜਾਮ ਦੇ ਕੇ ਗਿਆ ਹੈ ਜੀ। ਹਾਂਜੀ ਜੀ, ਕੀ ਚੋਰੀ ਕੀ ਕੁਝ ਹੋਇਆ, ਕਿੰਨੇ ਪੈਸੇ ਸੀ ਜਿਹੜੇ ਚੋਰੀ ਹੋਏ ਆ, ਕੀ ਨਕਦੀ? ਪਰਸ 'ਚ 20,000 ਰੁਪਈਆ ਸੀ, ਅਤੇ ਉਹ ਪਰਸ ਕੱਢ ਕੇ ਖਾਲੀ ਸੱਟਿਆ ਪਿਆ, ਪੈਸੇ ਕੱਢੇ ਗਏ ਅਤੇ 6-7 ਤੋਲੇ ਸੋਨਾ ਸੀ, ਇੱਕ ਮੋਬਾਈਲ ਸੀ ਜੀ, ਦੋ ਸਿੰਮਾਂ ਪਾਈਆਂ ਸੀ ਮੋਬਾਈਲ ਵਿੱਚ, ਇੱਕ ਹਾਂਜੀ 6-7 ਤੋਲੇ ਸੋਨਾ ਸੀ। ਹਾਂਜੀ, ਅਜੇ ਤਾਂ ਪੂਰਾ ਚੈੱਕ ਨਹੀਂ ਕੀਤਾ, ਅਜੇ ਤਾਂ 6-7 ਤੋਲੇ ਸਾਡੇ ਟਰੰਕ ਵਿੱਚ ਸੋਨਾ ਸੀ, ਟਰੰਕ ਵਿੱਚ ਹੀ ਪੈਸੇ ਸੀ, ਅਲਮਾਰੀ 'ਚ ਮੋਬਾਈਲ ਸੀ ਜੀ। ਕਹਿੰਦੇ ਪਹਿਲਾਂ ਵੀ ਇੱਕ ਵਾਰੀ ਚੋਰੀ ਹੋਈ ਹੈ ਇੱਥੇ ਤੁਹਾਡੇ ਘਰ 'ਚ ਹੀ ਹੋਈ ਹੈ? ਪਹਿਲਾਂ ਵੀ ਹੋਈ ਹੈ ਜੀ, 6-8-9 ਮਹੀਨੇ ਪਹਿਲਾਂ ਹੋਈ ਜੀ, ਜੂਨ 'ਚ ਹੋਈ ਸੀ ਜੀ। ਹਾਂਜੀ, ਉਦੋਂ 3 ਮੋਬਾਈਲ ਚੱਕੇ ਗਏ ਸੀ ਜੀ ਸਾਡੇ। ਹਾਂਜੀ, ਚੋਰਾਂ ਦਾ ਪਤਾ ਲੱਗਾ? ਨਹੀਂ ਲੱਗਿਆ ਜੀ ਅਜੇ ਤੱਕ। ਤੁਸੀਂ ਹੁਣ ਪੁਲਿਸ ਨੂੰ ਤਲਾ ਦਿੱਤੀ ਹੈ? ਹਾਂਜੀ, ਉਦੋਂ ਦਿੱਤੀ ਸੀ ਤਲਾ ਜੀ। ਨਹੀਂ, ਹੁਣ ਬੁਲਾਇਆ ਪੁਲਿਸ ਨੂੰ? ਹਾਂਜੀ ਬੁਲਾਇਆ ਸੀ। ਹਾਂਜੀ ਬੁਲਾਇਆ ਸੀ। ਆਂਢੀ ਗੁਆਂਢ ਦੇ ਲੋਕ ਵੀ ਮੌਜੂਦ ਆ, ਉਹਨਾਂ ਨਾਲ ਵੀ ਗੱਲਬਾਤ ਕਰਦੇ ਆ। ਜੀ ਸਰ, ਕਿੱਦਾਂ ਦੇਖਦੇ ਹੋ ਤੁਸੀਂ ਇਹ ਜਿਹੜੀ ਚੋਰੀ ਦੀ ਘਟਨਾ ਹੋਈ? ਸਰ, ਇਹ ਚੋਰੀ ਦੀ ਘਟਨਾ ਪਿਛਲੇ ਅਸੀਂ 1 ਸਾਲ ਤੋਂ ਦੇਖ ਰਹੇ ਹਾਂ, ਲਗਾਤਾਰ ਹੀ ਇਹਨਾਂ ਦੇ ਘਰ ਨੂੰ ਹੀ ਟਾਰਗੇਟ ਬਣਾਇਆ ਜਾ ਰਿਹਾ।
ਜਿਵੇਂ ਕਿ ਇਹਨਾਂ ਦਾ ਕੋਈ ਜਾਣਕਾਰ ਹੈ, ਜਿਨ੍ਹਾਂ ਨੂੰ ਜ਼ਿਆਦਾ ਨੌਲੇਜ ਹੈ, ਪਤਾ ਹੁੰਦਾ ਵੀ ਇਹ ਬੰਦੇ ਕਿੱਥੇ ਗਏ ਆ, ਕਦੋਂ ਆ ਰਹੇ ਆ, ਕਦੋਂ ਜਾ ਰਹੇ ਆ, ਇਹ ਦੱਸਣ 'ਚ ਸ਼ਾਇਦ ਭੁੱਲ ਕਰ ਗਏ। ਇਹਨਾਂ ਦੀ ਤੀਸਰੀ ਚੋਰੀ ਹੈ, ਤੀਸਰੀ ਚੋਰੀ ਇਹਨਾਂ ਦੀ ਭੁੱਲ ਕਰ ਗਏ। ਇਹਨਾਂ ਦਾ ਇੱਕ ਮੋਬਾਈਲ ਪਹਿਲਾਂ ਚੋਰੀ ਹੋਇਆ ਸੀ, ਦੂਸਰੀ ਵਾਰੀ 3 ਮੋਬਾਈਲ ਚੋਰੀ ਹੋਏ, ਤੀਸਰੀ ਵਾਰੀ ਇਹ ਹੋ ਗਈ। ਲਗਾਤਾਰ ਇਹਨਾਂ ਘਰ ਚੋਰੀ ਹੋ ਰਹੀ ਹੈ, ਕੋਈ ਨਾ ਕੋਈ ਇਹਨਾਂ ਦਾ ਜਾਣਕਾਰ ਹੈ, ਜਿਵੇਂ ਵੀ ਇਨਫੋਰਮੇਸ਼ਨ ਜਾ ਰਹੀ ਹੈ। ਅਤੇ ਗਰੀਬ ਬੰਦੇ ਆ, ਦਿਹਾੜੀਦਾਰ ਬੰਦੇ ਆ, ਅਸੀਂ ਤਾਂ ਚਾਹੁੰਦੇ ਵੀ ਇਹਨਾਂ ਨੂੰ ਜਲਦੀ ਤੋਂ ਜਲਦੀ ਕਿਸੇ ਤਰੀਕੇ ਇਨਸਾਫ ਮਿਲੇ, ਇਹਨਾਂ ਦੀ ਜੋ ਚੋਰੀ ਦਾ ਸਮਾਨ ਹੈ ਬਰਾਮਦ ਕਰਾ ਕੇ ਇਹਨਾਂ ਨੂੰ ਵਾਪਸ ਦਵਾਇਆ ਜਾਏ। ਅਤੇ ਇਸ ਇਲਾਕੇ ਦੇ ਵਿੱਚ ਵੱਧ ਤੋਂ ਵੱਧ ਪੁਲਿਸ ਦੀ ਗਸ਼ਤ, ਪੁਲਿਸ ਦੀ ਕਾਰਵਾਈ ਕਰਵਾਈ ਜਾਏ, ਤਾਂ ਕਿ ਆਸੇ ਪਾਸੇ ਜੋ ਵੀ ਨਸ਼ੇੜੀ ਹੈ, ਜੋ ਵੀ ਕਿਸੇ ਤਰ੍ਹਾਂ ਦਾ ਨਸ਼ਾ ਕਰਦੇ ਹੈ, ਉਹਨਾਂ ਨੂੰ ਸਜ਼ਾ, ਉਹਨਾਂ ਨੂੰ ਜੇਲ੍ਹ ਖਾਨੇ ਦੇ ਵਿੱਚ ਰੱਖਿਆ ਜਾਵੇ, ਤਾਂ ਕਿ ਆਉਣ ਵਾਲੇ 2-4-10 ਘਰ ਸੁਖੀ ਰਹਿ ਸਕਣ। ਕੰਮ ਕੀ ਕਰਦੇ ਹੋ, ਕੀ ਕੰਮ ਕਾਰ ਕਰਦੇ ਹੋ? ਸਰ ਕੰਮ ਮਜ਼ਦੂਰੀ ਦਾ ਕਰੀਦਾ ਜੀ, ਲੇਬਰ ਦਾ ਜੀ। ਹਾਂਜੀ ਹਾਂਜੀ, ਦਿਹਾੜੀ ਅੱਜ ਬਿਆਨ 'ਤੇ ਸੀ ਇਹ। ਮੈਂ ਆਇਆ ਜੀ, ਪਹਿਲਾਂ ਮੈਂ ਆਇਆ ਜੀ 7 ਵਜੇ, ਉਦੋਂ ਫਰੈਸ਼ ਸੀਗਾ ਸਾਰਾ ਕੰਮ, ਕੋਈ ਹਣੀ ਬਣੀ ਨਹੀਂ। ਮੈਂ ਦੁਬਾਰਾ ਜਦੋਂ ਅਟੈਂਡ ਕਰਨ ਆਇਆ, 8:30 ਦਾ ਟਾਈਮ ਸੀ, ਜਦੋਂ ਆਇਆ ਆ ਕੇ ਦੇਖਿਆ ਤਾਂ ਸਾਰਾ ਫਰੋਲਾ ਫਰਾਲੀ ਹੋ ਗਈ ਸੀ। ਹਾਂਜੀ ਜੀ, ਜਿਹੜਾ ਸੋਨਾ ਚੋਰੀ ਹੋਇਆ, ਕੀ ਕੋਈ ਸੀ ਉਹਦੇ 'ਚ? ਉਹਦੇ 'ਚ ਇੱਕ ਹਾਰ ਸੀ ਜੀ, ਅਤੇ ਚੂੜੀਆਂ ਸੀ ਜੀ ਸਾਡੀਆਂ, ਅਤੇ ਕੁਛ ਛਾਪਾਂ ਸੀ। ਹਾਂਜੀ, ਸ਼ਗਨ ਵਾਸਤੇ, ਬਾਕੀ ਮੈਂ ਉੱਥੇ ਰੱਖ ਦਿੱਤਾ ਸੀ ਵੀ ਚੱਲ ਆ ਹੀ ਜਾਣਾ। ਤੇ ਦਿਹਾੜੀ ਦਾ ਆਪਾਂ ਕਰਨਾ, ਚਨਾਈ ਦਾ ਕੰਮ ਕਰਦੇ ਨੇ, ਗੁੜੀਆ ਵਿਚਾਰੀ ਸਾਰਾ ਦਿਨ ਦੁਕਾਨ 'ਤੇ ਲੱਗੀ, ਇਸੇ ਕਰਕੇ 3ਵੀਂ ਵਾਰ ਚੋਰੀ ਹੋ ਗਈ। ਸਾਡੇ ਘਰ ਹੀ ਹੁੰਦੀ, ਹੋਰ ਆਂਢ ਗੁਆਂਢ 1-2 ਭਾਵੇਂ ਹੋਈ, ਸਾਡੇ ਘਰ ਹੀ ਹੁੰਦੀ ਚੋਰੀ ਜਦੋਂ ਹੁੰਦੀ ਹੈ ਜੀ। ਬਿਲਕੁਲ, ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਜੋ ਇੱਥੋਂ ਦੇ ਵਸਨੀਕ ਹੈਗੇ ਆ ਆਂਢ ਗੁਆਂਢ ਦੇ, ਉਹ ਵੀ ਕਹਿੰਦੇ ਆ ਕਿ ਉਹ ਪਰੇਸ਼ਾਨ ਹੈਗੇ ਆ, ਵਾਰ ਵਾਰ ਜਿਹੜਾ ਹੈਗਾ ਚੋਰੀ ਦੀਆਂ ਘਟਨਾਵਾਂ ਨੂੰ ਇਸੇ ਥਾਂ 'ਤੇ ਅੰਜਾਮ ਦਿੱਤਾ ਜਾ ਰਿਹਾ, ਔਰ ਆਸੇ ਪਾਸੇ ਦੇ ਜਿਹੜੇ ਲੋਕ ਆ ਉਹ ਵੀ ਇੱਥੇ ਮੌਜੂਦ ਹੈਗੇ ਆ। ਗੱਲਬਾਤ ਕਰਾਂਗੇ, ਪੁਲਿਸ ਕੰਪਲੇਂਟ ਕੀਤੀ ਗਈ ਹੈ, ਪੁਲਿਸ ਦੇ ਅਧਿਕਾਰੀ ਵੀ ਇੱਥੇ ਪਹੁੰਚੇ ਹੋਏ ਆ, ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ, ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕੀ ਸ਼ਿਕਾਇਤ ਮਿਲੀ। ਜੀ ਸਰ, ਕੀ ਸ਼ਿਕਾਇਤ ਮਿਲੀ ਸੀ ਤੁਸੀਂ ਇੱਥੇ ਪਹੁੰਚੇ? ਥਾਣੇ ਤੋਂ ਫੋਨ ਆਇਆ ਸੀ ਵੀ ਉੱਧਰ ਵਾਰਦਾਤ ਹੋ ਗਈ ਅਤੇ ਤੁਸੀਂ ਪਹੁੰਚੋ। ਅਸੀਂ ਆ ਕੇ ਮੌਕਾ ਵੇਖਿਆ, ਚੋਰੀ ਹੋਈ ਹੈ ਅਤੇ ਬਾਕੀ ਜੋ ਮੁਰਜਮ ਹੈ ਉਹਨਾਂ ਇੱਥੋਂ ਭੱਜ ਗਿਆ। ਜੋ ਅਗਲੀ ਕਾਰਵਾਈ ਬਣਦੀ ਉਹ ਕੀਤੀ ਜਾਏਗੀ। ਸ਼ੁਰੂਆਤੀ ਤੌਰ 'ਤੇ ਤੁਹਾਨੂੰ ਲੱਗਦਾ ਨਹੀਂ ਕਿ ਭੇਤੀ ਦਾ ਕੰਮ ਹੈ, ਕਿਉਂਕਿ ਇਹ ਕਹਿੰਦੇ ਪਹਿਲਾਂ ਵੀ ਇਹਨਾਂ ਦੇ 2 ਵਾਰ ਚੋਰੀ ਹੋ ਗਈ, ਅੱਜ 3ਵੀਂ ਵਾਰੀ? ਇਹ ਭੇਤ ਤੋਂ ਬਿਨਾਂ ਤਾਂ ਗੱਡੀ ਨਹੀਂ ਚੱਲਦੀ ਜੀ। ਭੇਤੀ ਜ਼ਰੂਰ ਹੈਗਾ, ਜੋ ਇਹਨਾਂ ਨੂੰ ਵੇਖਿਆ ਵੀ ਇਹ ਪ੍ਰੋਗਰਾਮ 'ਤੇ ਗਏ ਆ ਅਤੇ ਜੋ ਚੋਰ ਹੈ ਉਹਨੇ ਨਜਾਇਜ਼ ਫਾਇਦਾ ਲੈ ਕੇ ਇਹ ਕਾਰਵਾਈ ਕੀਤੀ ਹੈ। ਬਿਲਕੁਲ, ਦੱਸ ਦਈਏ ਕਿ ਜਲਾਲਾਬਾਦ ਦੇ ਸਟੇਸ਼ਨ ਰੋਡ ਦੀ ਇਹ ਘਟਨਾ ਹੈਗੀ ਹੈ। ਰੇਲਵੇ ਸਟੇਸ਼ਨ ਰੋਡ ਦੇ ਉੱਤੇ ਬਬੂਟਾ ਸਕੂਲ ਹੈ, ਸਕੂਲ ਦੇ ਬਿਲਕੁਲ ਆਪੋਜ਼ਿਟ ਇਹ ਘਰ ਹੈ ਜਿਸ ਦੇ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਪੂਰਾ ਮੁਹੱਲਾ ਇਸ ਟਾਈਮ ਇਕੱਠਾ ਹੈਗਾ ਔਰ ਪੂਰੇ ਮੁਹੱਲੇ ਦੇ ਲੋਕ ਇੱਥੇ ਇਕੱਠਾ ਹੈਗੇ ਆ, ਜੋ ਇਹਨਾਂ ਚੀਜ਼ਾਂ ਤੋਂ ਜਿਹੜਾ ਕਿ ਪਰੇਸ਼ਾਨ ਹੈਗੇ ਆ। ਬਾਈ ਜੀ ਹੁਣਾਂ ਨਾਲ ਵੀ ਗੱਲ ਕਰ ਲੈਂਦੇ। ਬਾਈ ਜੀ, ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਦੇ ਨਾਲ ਕਹਿੰਦੇ ਆ ਗਰੀਬ ਬੰਦੇ ਆ, ਮਜ਼ਦੂਰੀ ਕਰਦੇ ਆ, ਦਿਹਾੜੀ ਕਰਦੇ? ਬਿਲਕੁਲ ਤਨੇਜਾ ਸਾਹਿਬ ਜੀ, ਇਹ ਦਿਹਾੜੀ ਕਰਦੇ ਆ, ਮਜ਼ਦੂਰ ਹੈਗੇ ਆ ਇਹਨਾਂ ਦੇ ਘਰ। ਤੀਸਰੀ ਰਹੂਗੀ? ਹਾਂਜੀ, ਲਗਾਤਾਰ। ਕਿਉਂਕਿ ਪਤਾ ਕੀ ਹੈ ਜੀ, ਜਦੋਂ ਬੰਦਾ ਮੰਨ ਲਓ ਕੋਈ ਕਾਰੋਬਾਰ ਕਰਦਾ, ਕੁਛ ਵੀ ਹੈ, ਦਿਹਾੜੀ ਦਾ ਆਪਾਂ ਕਰਦਾ, ਹੁਣ ਚੋਰਾਂ ਦੇ ਇਹ ਹੁੰਦਾ ਵੀ ਹਾਂ ਵੀ ਪਤਾ ਕਰੀਏ ਵੀ ਇਹ ਬੰਦਾ ਚਲਾ ਗਿਆ ਜੇ ਬਾਹਰ, ਹਾਂ, ਜਿਹਨੂੰ ਕਹਿੰਦੇ ਆਪਾਂ ਚਿੱਟੇ ਵਾਲੇ ਪੰਜਾਬੀ ਦੇ ਵਿੱਚ। ਮੈਂ ਤਾਂ ਸਿੱਧੀ ਗੱਲ ਕਰਦਾ, ਚਿੱਟੇ ਵਾਲੇ ਹੈ, ਚਿੱਟੇ ਵਾਲੇ ਦੇਖਦੇ ਰਹਿੰਦੇ ਕਰਦੇ। ਮੈਂ ਤਾਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹੱਥ ਜੋੜ ਕੇ,
ਇਹਨਾਂ ਨੂੰ ਸਖ਼ਤ ਸਟੈਂਡ ਲਿਆ ਜਾਵੇ, ਇਹਨਾਂ ਦੇ ਨੱਥ ਪਾਈ ਜਾਵੇ। ਬਿਲਕੁਲ ਮਹੱਲਾ ਵਾਸੀ ਕਹਿੰਦੇ ਆ ਕਿ ਇਸ ਜਗ੍ਹਾ ਤੇ ਪੈਟਰੋਲਿੰਗ ਜਿਹੜੀ ਹੈਗੀ ਆ ਉਹ ਵੀ ਵਧਾ ਦਿੱਤੀ ਜਾਵੇ, ਕਿਉਂਕਿ ਇੱਕ ਨਹੀਂ ਦੋ ਨਹੀਂ ਬਲਕਿ ਤੀਸਰੀ ਵਾਰ ਜਿਹੜਾ ਹੈਗਾ ਚੋਰਾਂ ਦੇ ਵੱਲੋਂ ਇੱਕੋ ਘਰ ਨੂੰ ਨਿਸ਼ਾਨਾ ਬਣਾਇਆ ਗਿਆ। ਔਰ ਦੱਸਿਆ ਜਾ ਰਿਹਾ ਕਿ ਹੁਣ ਨਗਦੀ ਦੇ ਨਾਲ ਗੋਲਡ ਜਿਹੜਾ ਹੈਗਾ, ਇੱਕ ਮੋਬਾਈਲ ਔਰ 5-6 ਤੋਲੇ ਸੋਨਾ ਅਤੇ 20,000 ਰੁਪਏ ਦੀ ਨਗਦੀ ਜਿਹੜੀ ਹੈਗੀ ਆ ਉਹ ਚੋਰਾਂ ਦੇ ਵੱਲੋਂ ਚੋਰੀ ਕਰ ਲਿੱਤੀ ਗਈ ਹੈ। 7 ਵਜੇ ਦੇ ਕਰੀਬ ਇਹ ਘਰ ਆਉਂਦੇ ਆ, ਉਸ ਸਮੇਂ ਸਭ ਕੁਝ ਠੀਕ ਸੀ, ਤਾਂ ਜਦ ਦੁਬਾਰਾ 8:30 ਵਜੇ ਦੇ ਕਰੀਬ ਇਹ ਦੁਬਾਰੇ ਆਪਣੇ ਘਰ ਦੇ ਵਿੱਚ ਆਉਂਦੇ ਆ, ਤਾਂ ਉਸ ਸਮੇਂ ਚੋਰ ਜਿਹੜੇ ਆ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਚੁੱਕੇ ਸੀ। ਫਿਲਹਾਲ ਇਸ ਦੀ ਸ਼ਿਕਾਇਤ ਪੁਲਿਸ ਨੂੰ ਕਰ ਦਿੱਤੀ ਗਈ ਹੈ ਔਰ ਪੁਲਿਸ ਦੇ ਅਧਿਕਾਰੀ ਇੱਥੇ ਪਹੁੰਚੇ ਆ। ਮੌਕਾ ਜਿਹੜਾ ਹੈਗਾ ਦੇਖਿਆ ਜਾ ਰਿਹਾ, ਲੇਕਿਨ ਲੋਕਾਂ ਦੀ ਮੰਗ ਹੈ ਕਿ ਇੱਥੇ ਪੈਟਰੋਲਿੰਗ ਵਧਾ ਦਿੱਤੀ ਜਾਵੇ ਅਤੇ ਨਾਲ ਹੀ ਇਹੋ ਜਿਹੇ ਅਸਮਾਜਿਕ ਤੱਤਵਾਂ 'ਤੇ ਜਿਹੜਾ ਕਿ ਹੈ ਨੱਥ ਪਾਈ ਜਾਵੇ ਔਰ ਇਹਨਾਂ ਚੋਰਾਂ ਨੂੰ ਕਾਬੂ ਕੀਤਾ ਜਾਵੇ। ਵੀਡੀਓ ਜਰਨਲਿਸਟ ਮੌਂਟੀ ਬਜਾਜ ਦੇ ਨਾਲ ਰਵਿੰਦਰ ਤਨੇਜਾ, ਜਲਾਲਾਬਾਦ ਆਨਲਾਈਨ।